ਦਿੱਲੀ ਦੇ ਮੁੱਖ ਮੰਤਰੀ ਤੇ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਨੂੰ ਲੈ ਕੇ ਅੱਜ ਦਿੱਲੀ ਵਿਖੇ ਰਾਮਲੀਲਾ ਗਰਾਊਂਡ ਵਿੱਚ ਕੀਤੀ ਜਾ ਰਹੀ ਮਹਾਰੈਲੀ ਵਿੱਚ ਸ਼ਾਮਲ ਹੋਣ ਲਈ ਬੀਤੀ ਰਾਤ ਕਰੀਬ 12 ਵਜੇ ਹਲਕਾ ਡੇਰਾ ਬਾਬਾ ਨਾਨਕ ਦੇ ਇੰਚਾਰਜ ਗੁਰਦੀਪ ਸਿੰਘ ਰੰਧਾਵਾ ਦੀ ਅਗਵਾਈ ਵਿੱਚ ਕਰੀਬ 100 ਗੱਡੀਆਂ ਦਾ ਕਾਫਲਾ ਰਵਾਨਾ ਹੋਇਆ। ਇਸ ਮੌਕੇ ਆਮ ਆਦਮੀ ਪਾਰਟੀ ਸੀਨੀਅਰ ਵਰਕਰਾਂ ਵੱਲੋਂ ਕੇਂਦਰ ਦੀ ਭਾਜਪਾ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗੁਰਦੀਪ ਸਿੰਘ ਰੰਧਾਵਾ ਨੇ ਕਿਹਾ ਕਿ ਦੇਸ਼ ਦੇ ਤਾਨਾਸ਼ਾਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਝੂਠੇ ਕੇਸ ਫਸਾ ਕੇ ਈਡੀ ਨੂੰ ਹਥਿਆਰ ਵਜੋਂ ਵਰਤ ਕੇ ਗ੍ਰਿਫਤਾਰ ਕੀਤਾ ਹੈ। ਉਹਨਾਂ ਦੱਸਿਆ ਕਿ ਬੀਜੇਪੀ ਸਰਕਾਰ ਵੱਲੋਂ ਆਪਣੇ ਹਾਰ ਦਾ ਡਰ ਸਤਾਉਣ ਕਰਕੇ ਬਖਲਾਹਟ ਵਿੱਚ ਆ ਕੇ ਅਰਵਿੰਦ ਕੇਜਰੀਵਾਲ ਨੂੰ ਗ੍ਰਿਫਤਾਰ ਤੱਕ ਕਰ ਲਿਆ ਹੈ, ਪਰ ਉਸਦੀ ਸੋਚ ਨੂੰ ਕੋਈ ਵੀ ਗ੍ਰਿਫਤਾਰ ਨਹੀਂ ਕਰ ਸਕਦਾ। ਉਹਨਾਂ ਦੱਸਿਆ ਕਿ ਆਮ ਆਦਮੀ ਪਾਰਟੀ ਦੇ ਹਰ ਇੱਕ ਵਰਕਰ ਤੇ ਵਲੰਟੀਅਰ ਸ੍ਰੀ ਅਰਵਿੰਦ ਕੇਜਰੀਵਾਲ ਮੁੰਡੇ ਨਾਲ ਮੁੰਡਾ ਜੋੜ ਕੇ ਖੜੇ ਹਨ। ਉਹਨਾਂ ਦੱਸਿਆ ਕਿ ਅੱਜ ਦੀ ਇਸ ਮਹਾਰੈਲੀ ਵਿੱਚ ਭਾਰਤੀ ਜਨਤਾ ਪਾਰਟੀ ਦੇ ਰਾਤਾਂ ਦੀ ਨੀਂਦ ਉੱਡ ਜਾਵੇਗੀ। ਇਸ ਮੌਕੇ ਜਿਹੜੀਆਂ ਤਿਤਲੀਆਂ ਆਮ ਆਦਮੀ ਪਾਰਟੀ ਨੂੰ ਛੱਡ ਕੇ ਬੀਜੇਪੀ ਸ਼ਾਮਲ ਹੋਈਆਂ ਹਨ, ਉਹਨਾਂ ਦੇ ਤੰਜ ਕੱਸਦਿਆਂ ਕਿਹਾ ਕਿ ਪੰਜਾਬ ਦੇ ਵੋਟਰ ਇਹਨਾਂ ਚੋਣਾਂ ਵਿੱਚ ਉਹਨਾਂ ਨੂੰ ਜ਼ਬਰਦਸਤ ਹਾਰ ਦੇਣਗੇ। ਬਿਊਰੋ ਰਿਪੋਰਟ, ਆਲ ਪੰਜਾਬ ਨਿਊਜ਼। ਰਾਤ 12 ਵਜੇ ਦਾ ਸਮਾਂ ਹੋ ਗਿਆ, ਹਾਂਜੀ, ਕਾਫਲਾ ਤੁਹਾਡਾ ਰਵਾਨਾ ਹੋਣ ਲੱਗਾ ਦਿੱਲੀ ਨੂੰ, ਹਾਂਜੀ, ਕਿੱਦਾਂ ਦਾ ਉਤਸ਼ਾਹ? ਵੇਖੋ ਜੀ, ਇਹ ਜੋ ਬੀਜੇਪੀ ਸਰਕਾਰ ਨੇ ਸਾਡੇ ਕੌਮੀ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਨਾਲ ਬਹੁਤ ਹੀ ਜ਼ਿਆਦਾ ਧੱਕਾ ਕੀਤਾ, ਜੋ ਕਿ ਸਾਰੇ ਦੇਸ਼ ਵਿੱਚ ਇੱਕ ਗਮ ਦਾ ਮਾਹੌਲ ਬਣਿਆ ਹੋਇਆ, ਤਾਂ ਕਿ ਇਹੋ ਜਿਹੇ ਸ਼੍ਰੀ ਅਰਵਿੰਦ ਕੇਜਰੀ ਜੀ ਵਰਗੇ ਜੋ ਲੋਕ ਨੇ ਉਹ ਅੱਗੇ ਆਉਂਦੇ ਸੀ ਕਿ ਅਸੀਂ ਕੁਛ ਦੇਸ਼ ਦਾ ਚੰਗਾ ਕਰੀਏ, ਪਰ ਬੀਜੇਪੀ ਸਰਕਾਰ ਨੇ ਸਾਰੀ ਦੁਨੀਆ ਨੂੰ ਪਤਾ ਕਿ ਕਿਸ ਤਰੀਕੇ ਨਾਲ ਉਹਨਾਂ ਨਾਲ ਧੱਕਾ ਕੀਤਾ ਅਤੇ ਆਉਣ ਵਾਲੇ ਸਮੇਂ ਨੂੰ ਖਰਾਬ ਕਰਨ ਵਿੱਚ ਉਹ ਲੱਗੀ ਹੋਈ ਹੈ। ਇਸ ਸਮੇਂ ਤਕਰੀਬਨ ਰਾਤ ਦੇ 12 ਵੱਜ ਚੁੱਕੇ ਨੇ ਔਰ ਅਸੀਂ ਹਲਕਾ ਡੇਰਾ ਬਾਬਾ ਨਾਨਕ ਤੋਂ ਸਰਦਾਰ ਗੁਰਦੀਪ ਸਿੰਘ ਜੀ ਰੰਧਾਵਾ, ਜੋ ਕਿ ਹਲਕੇ ਦੇ ਇੰਚਾਰਜ ਨੇ, ਅਸੀਂ ਉਹਨਾਂ ਦੇ ਅਗਵਾਈ ਦੇ ਹੇਠ ਇੱਥੋਂ ਤਕਰੀਬਨ 100 ਦੇ ਕਰੀਬ, 100 ਤੋਂ ਵੀ ਵੱਧ ਜੋ ਲੋਕ ਆ ਇਸ ਉਹ ਪਿੰਡ ਤੋਂ ਚੱਲਣ ਲੱਗੇ ਹਾਂ ਔਰ ਸਾਡੇ ਕੁਛ ਬੰਦੇ ਜਿਹੜੇ ਆ ਅੱਗੇ ਸਾਡਾ ਇੰਤਜ਼ਾਰ ਕਰ ਰਹੇ ਨੇ ਔਰ ਉਹ ਸਾਰਿਆਂ ਦੇ ਵਿੱਚ ਇੱਕ ਹੀ ਉਤਸ਼ਾਹ ਹੈ ਕਿ ਅਸੀਂ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਨੂੰ ਔਰ ਭਗਵੰਤ ਸਰਦਾਰ ਭਗਵੰਤ ਸਿੰਘ ਜੀ ਮਾਨ ਦੀ ਸਰਕਾਰ ਨੂੰ ਅੱਗੇ ਲੈ ਕੇ ਆਉਣਾ ਔਰ ਉਹਨਾਂ ਦੇ ਕੀਤੇ ਕੰਮਾਂ ਨੂੰ ਅਸੀਂ ਅੱਤ ਅਸਮਾਨ 'ਤੇ ਚੜਾ ਕੇ ਛੱਡਣਾ ਔਰ ਬੀਜੇਪੀ ਨੂੰ ਮੂੰਹ ਤੋੜਵਾਂ ਜਵਾਬ ਦੇ ਕੇ ਆਉਣਾ। ਸੋ ਅਸੀਂ ਦਿੱਲੀ ਵਾਸਤੇ ਰਵਾਨਾ ਹੋ ਰਹੇ ਹਾਂ ਅਤੇ ਇਸ ਕਰਕੇ ਸਾਰੇ ਸਾਰੇ ਲੋਕਾਂ ਦੇ ਵਿੱਚ, ਸਾਰੀ ਪਬਲਿਕ ਦੇ ਵਿੱਚ ਇਹੋ ਇੱਕ ਉਤਸ਼ਾਹ ਹੈ ਕਿ ਅਸੀਂ ਆਮ ਆਦਮੀ ਪਾਰਟੀ ਸਰਕਾਰ ਨੂੰ ਅੱਗੇ ਲੈ ਕੇ ਆਉਣਾ ਦੇਸ਼ ਦੇ ਵਿੱਚ, ਤਾਂ ਕਿ ਸਾਡੇ ਦੇਸ਼ ਦਾ ਮਾਹੌਲ ਹੈ ਜੋ ਸੁਖਾਲਾ ਹੋ ਸਕੇ। ਲਗਭਗ ਜਿਹੜੀ 100 ਗੱਡੀ ਆ ਉਹ ਡੇਰਾ ਬਾਬਾ ਨਾਨਕ ਹਲਕੇ 'ਚੋਂ, ਜਿਹੜਾ ਦਿੱਲੀ ਸ਼੍ਰੀ ਅਰਵਿੰਦ ਕੇਜਰੀਵਾਲ ਦੇ ਜਿਹੜਾ ਉਹਨਾਂ ਨੂੰ ਝੂਠੇ ਮੁਕੱਦਮੇ 'ਚ ਫਸਾਇਆ ਗਿਆ, ਉਹਦੇ ਰੋਸ ਵਜੋਂ ਰਾਮਲੀਲਾ ਗਰਾਊਂਡ ਜਿਹੜਾ ਦਿੱਲੀ 'ਚ ਆ ਬੜੀ ਵੱਡੀ ਜਿਹੜੀ ਰੈਲੀ ਹੋਣ ਜਾ ਰਹੀ ਹੈ, ਉਹਦੇ ਸੰਬੰਧ 'ਚ ਡੇਰਾ ਬਾਬਾ ਨਾਨਕ 'ਚੋਂ ਬੜੀ ਵੱਡੀ ਪੱਧਰ 'ਤੇ ਜਿਹੜੇ ਆਮ ਆਦਮੀ ਪਾਰਟੀ ਦੇ ਵਲੰਟੀਅਰ ਸਾਹਿਬਾਨ ਨੇ ਉਹਦੇ ਸ਼ਮੂਲੀਅਤ ਕਰਨ ਜਿਹੜੇ ਜਾ ਰਹੇ ਨੇ। ਲਗਭਗ 12 ਵਜੇ ਦਾ ਟਾਈਮ ਆ,
ਹੁਣ ਆਪਾਂ ਚਾਲੇ ਜਿਹੜੇ ਆ ਦਿੱਲੀ ਨੂੰ ਪਾਉਣੇ ਆ, ਅਤੇ ਇਹ ਜਿਹੜੀ ਗੂੰਗੀ ਬੋਲੀ ਸਰਕਾਰ ਆ ਜਿਨ੍ਹਾਂ ਨੇ ਝੂਠੇ ਕੇਸ ਪਾਏ ਨੇ ਉਹਨਾਂ ਦੇ ਜਿਹੜੇ ਕੰਨਾਂ 'ਤੇ ਜਿਹੜੀ ਜੂੰ ਆ ਉਹ ਸਰਕੇਗੀ। ਅਰਵਿੰਦ ਕੇਜਰੀਵਾਲ ਨੂੰ ਜ਼ਮਾਨਤ ਜਲਦੀ ਰਿਹਾਅ ਜਿਹੜਾ ਹੋ ਕੇ ਬਾਹਰ ਆਉਣਗੇ। ਸਰ ਵਰਕਰ ਸਾਹਿਬਾਨਾਂ ਨੂੰ ਤੁਹਾਡੇ ਵੱਲੋਂ ਮੈਸੇਜ ਲਗਾਇਆ ਗਿਆ, ਕਿੱਥੇ ਇਕੱਠੇ ਹੁੰਦਾ ਜਿਹੜਾ ਮੇਨ ਜਿਹੜਾ ਤੁਹਾਡਾ ਹੈਗਾ ਅਗਲਾ ਟਾਰਗੇਟ? ਦੇਖੋ ਮੈਂ ਤਾਂ ਇਹਨਾਂ ਨੂੰ ਕਿਹਾ ਸੀ ਕਿ ਬਿਆਸ ਅਤੇ ਲਵਾਲੇ ਜਿਹੜਾ ਟੋਲ ਪਲਾਜ਼ਾ ਉੱਥੇ ਦੇ ਸਾਰੇ ਬੰਦੇ ਇਕੱਠੇ ਹੋਣੇ ਆ, ਪਰ ਫਿਰ ਵੀ ਆ ਜਿਹੜਾ ਮੇਰਾ ਪਰਿਵਾਰ ਆ ਉਹ ਜਿਹੜਾ ਵਾ ਇੱਥੋਂ ਮੇਰੇ ਨਾਲ ਹੀ ਚੱਲਿਆ। ਮੇਰੇ ਕੋਲ 10-15 ਗੱਡੀਆਂ ਬਾਹਰ ਹੋਣੀਆਂ ਜਿਹੜੀਆਂ ਮੇਰੇ ਪਰਿਵਾਰ ਦੀਆਂ, 20-22 ਗੱਡੀਆਂ ਜਿਹੜੀਆਂ ਮੇਰੇ ਘਰ ਦੇ ਬਾਹਰ ਆ ਕੇ ਖੜੀਆਂ ਹੋ ਗਈਆਂ ਜਿਹੜੀਆਂ ਮੇਰੇ ਨਾਲ ਚੱਲਣਗੀਆਂ। ਬਾਕੀ ਸੰਗਤ ਜਿਹੜੀ ਆ ਉਹ ਟੋਲ ਪਲਾਜ਼ਾ ਜਿਹੜਾ ਢਿਲਵਾਲਾ ਉਹਦੇ 'ਤੇ ਖੜੀ ਹੈ। ਸਰ ਇੱਕ ਮਾਨ ਸਾਹਿਬ ਨੇ ਨਾ ਇੱਕ ਤੰਜ ਕੱਸਿਆ ਕਿ ਤਿਤਲੀਆਂ, ਕਦੇ ਤਿਤਲੀ ਇਸ ਪੁੱਲ 'ਤੇ ਕਦੇ ਇਸ ਪੁੱਲ 'ਤੇ, ਹੈ ਨਾ, ਦੋ ਤਿਤਲੀਆਂ ਕਾਂਗਰਸ ਦੀਆਂ ਉੱਡ ਕੇ ਇੱਧਰ ਆਈਆਂ, ਇੱਧਰੋਂ ਵੀ ਤਿਤਲੀਆਂ ਉੱਡ ਕੇ ਜਿਹੜੀਆਂ ਬੀਜੇਪੀ ਵਿੱਚ ਸ਼ਾਮਿਲ ਹੋ ਗਈਆਂ, ਉਹਨਾਂ ਨੂੰ ਕੀ ਕਹਿਣਾ ਚਾਹੋਗੇ? ਵੇਖੋ ਤਿਤਲੀਆਂ ਨੇ ਤਾਂ ਤਿਤਲੀਆਂ ਹੀ ਰਹਿਣਾ, ਜਦੋਂ ਮੌਸਮ ਆਵੇ ਤਿਤਲੀਆਂ ਦਾ, ਇਸ ਮਹੀਨੇ 'ਚ ਤਿਤਲੀਆਂ ਪੈਦਾ ਹੁੰਦੀਆਂ, ਜਦੋਂ ਮੌਸਮ ਖਤਮ ਹੋ ਜਾਂਦਾ ਤਿਤਲੀਆਂ ਖਤਮ ਹੋ ਜਾਂਦੀਆਂ ਨੇ। ਤਿਤਲੀਆਂ ਦਾ ਮੌਸਮ ਹੈ, ਤਿਤਲੀਆਂ ਨੇ ਉੱਡਦੀਆਂ ਰਹਿਣਾ, ਉਹਦੇ ਨਾਲ ਸਰਕਾਰ ਨੂੰ ਕੋਈ ਫਰਕ ਨਹੀਂ ਪੈਂਦਾ। ਇਸ ਕਰਕੇ ਮੈਂ ਤਾਂ ਇਹ ਵੀ ਕਹਿਣਾ ਚਾਹੁੰਦਾ ਕਿ ਤਿਤਲੀਆਂ ਲੈਣ ਤੋਂ ਪਹਿਲਾਂ ਸੋਚਣਾ ਚਾਹੀਦਾ ਕਿ ਜਿਹੜੀ ਹੈ ਹੀ ਤਿਤਲੀ ਆ, ਜਿਹੜੀ ਅੱਜ ਸਾਡੇ ਕੋਈ ਕੱਲ੍ਹ ਹੋਰ ਕਿਤੇ ਜਾ ਕੇ ਬੈਠ ਸਕਦੀ ਹੈ, ਤਿਤਲੀਆਂ ਲੈਣ ਤੋਂ ਗੁਰੇਜ਼ ਹੀ ਕਰਨਾ ਚਾਹੀਦਾ। ਸਰ ਇੱਕ ਜਾਖੜ ਸਾਹਿਬ ਵੱਲੋਂ ਬੜੀ ਮਤਲਬ ਬਿਆਨਬਾਜ਼ੀ ਕੀਤੀ, ਜਿਹੜਾ ਲੋਟਸ ਦੇ ਖਰੀਦੋ ਫਰੋਖਤੀ ਜਿਹੜੀ ਹੋ ਰਹੀ ਹੈ, ਕੀ ਕਰ ਰਹੇ? ਵੇਖੋ ਇਹਦਾ ਪੁਰਾਣਾ ਇੱਕ ਰਿਵਾਜ਼ ਆ ਬੀਜੇਪੀ ਦਾ, ਜਿਵੇਂ ਮੈਂ ਕਹਿੰਦਾ ਹਿਮਾਚਲ 'ਚ ਵੀ ਹੋਇਆ, ਉਹੀ 6 ਬੰਦੇ ਲੈ ਕੇ ਨਾ ਹਿਮਾਚਲ ਦੇ, ਉਹਨਾਂ ਨੂੰ ਬੀਜੇਪੀ ਦੀ ਟਿਕਟ ਦਿੱਤੀ ਹੈ। ਇਹ ਤੋਂ ਇੱਕ ਬੜਾ ਸਾਫ਼ ਅਤੇ ਸਪਸ਼ਟ ਜਿਹੜਾ ਸੰਕੇਤ ਆ ਕਿ ਇਹਨਾਂ ਨੂੰ ਆਦਤ ਆ ਪੈਸੇ ਦੇ ਕੇ ਖਰੀਦਣ ਦੀ। ਉਹੀ ਅਜੇ ਕੱਲ੍ਹ FIR ਵੀ, ਇੱਕ ਜਿਹੜਾ ਸਾਡਾ MLA ਗੋਲਡੀ, ਉਹਦੇ ਵੱਲੋਂ ਜਿਹੜਾ ਕਾਲ ਆਈ ਆ ਉਹਦੇ 'ਤੇ ਅੱਜ FIR ਦਰਜ ਜਿਹੜੀ ਗੱਲ ਦੀ ਹੋ ਗਈ ਆ। ਇਸ ਕਰਕੇ ਇਹਨਾਂ ਨੂੰ ਆਦਤ ਆ, ਉਹਦੇ ਨਾਲ ਆਮ ਆਦਮੀ ਪਾਰਟੀ ਨੇ ਕੁਛ ਵੀ ਨਹੀਂ ਹੋਣਾ ਇਹਨਾਂ ਕੋਲ, ਜਿੰਨਾ ਮਰਜ਼ੀ ਜੋਰ ਲਏ ਆਮ ਆਦਮੀ ਪਾਰਟੀ ਸ੍ਰੀ ਅਰਵਿੰਦ ਕੇਜਰੀਵਾਲ ਦੇ ਜਿਹੜੇ ਵਲੰਟੀਅਰ ਸਾਹਿਬਾਨ ਨੇ ਅਰਵਿੰਦ ਕੇਜਰੀਵਾਲ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਆ ਤਾਂ ਕੋਈ ਫਰਕ ਨਹੀਂ ਪੈਣ ਲੱਗਾ। ਸਰ ਬੀਜੇਪੀ ਨੇ ਅੱਜ 6 ਉਮੀਦਵਾਰ ਲਾਉਣ ਦਿੱਤੇ, ਜਿਹਦੇ ਵਿੱਚ ਗੁਰਦਾਸਪੁਰ ਦਾ ਵੀ ਜਿਹੜਾ ਉਮੀਦਵਾਰ ਲਾਉਂਦਾ ਦਿਨੇਸ਼ ਬੱਬੂ ਨੂੰ, ਮੁਕਾਬਲਾ ਕਿਸ ਤਰ੍ਹਾਂ? ਵੇਖੋ ਮੁਕਾਬਲਾ ਜਿੰਨਾ ਚਿਰ ਸਾਰੇ ਕੈਂਡੀਡੇਟ ਨਹੀਂ ਆਉਂਦੇ ਉਨਾ ਚਿਰ ਮੈਂ ਇਹਦੇ ਬਾਰੇ ਕੁਛ ਵੀ ਨਹੀਂ ਕਹਿ ਸਕਦਾ। ਬਾਕੀ ਪਾਰਟੀਆਂ ਦਾ ਕੈਂਡੀਡੇਟ ਦਾ ਇੰਤਜ਼ਾਰ ਕਰੋ, ਫਿਰ ਉਹਦਾ ਸਵਾਲ ਦਾ ਜਵਾਬ ਮੈਂ ਬਾਅਦ 'ਚ ਦੇਵਾਂਗਾ। ਸਰ ਅੱਜ ਇੱਕ ਨਾ ਮੀਡੀਆ ਹਵਾਲੇ ਦੇਖੋ ਖਬਰ ਜਿਹੜੀ ਹੈ ਨਾ, ਇਸ ਵੇਲੇ ਕਿਆਸੀਆਂ ਲੱਗ ਰਹੀਆਂ ਨੇ ਕਿ ਆਮ ਆਦਮੀ ਪਾਰਟੀ ਦੀ ਬਹੁਤ ਵੱਡੀ ਜਿਹੜੀ ਤਿਤਲੀ ਜਿਹੜੀ ਉੱਡ ਕੇ ਬੀਜੇਪੀ ਦੇ ਕਮਲ ਦੇ ਫੁੱਲ ਤੇ ਬਹਿ ਰਹੀ ਹੈ। ਵੇਖੋ ਮੈਂ ਪਹਿਲਾਂ ਕਿਹਾ ਕਿ ਜਿਹੜੀ ਤਿਤਲੀਆਂ ਹੁੰਦੀਆਂ ਨੇ ਉਹਨਾਂ ਦਾ ਕੰਮ ਹੀ ਆ, ਯਾਨੀ ਇੱਧਰ ਉੱਧਰ ਜਾਣਾ। ਬਾਕੀ ਤੁਹਾਨੂੰ ਪਤਾ ਹੀ ਆ ਵੀ ਇਹ ਮੌਸਮ ਹੈ, ਮੌਸਮ 'ਚ ਅਦਲਾ ਬਦਲੀ ਹੁੰਦੀ ਆ, ਉਹਦੇ ਨਾਲ ਕੋਈ ਬਹੁਤਾ ਪਾਰਟੀਆਂ ਨੂੰ ਕੋਈ ਫਰਕ ਨਹੀਂ ਪੈਂਦਾ। ਸਿਰਫ ਤਿਤਲੀ ਤਿਤਲੀ ਰਹਿੰਦੀ ਹੈ, ਜਿੱਥੇ ਮਰਜ਼ੀ ਬਹਿਜੇ ਉਹਦੇ ਨਾਲ ਵੋਟਰ 'ਤੇ ਕੋਈ ਅਸਰ ਨਹੀਂ ਪੈਣ ਵਾਲਾ। ਇਸ ਸੰਘਰਸ਼ ਨੂੰ ਫਿਰ ਸਰ ਕਿਸ ਤਰ੍ਹਾਂ ਵੇਖਦੇ ਜਿਹੜੀ ਕੇਜਰੀਵਾਲ ਦੀ ਗ੍ਰਿਫਤ ਨੂੰ ਲੈ ਕੇ? ਵੇਖੋ ਇਹ ਸੰਘਰਸ਼ ਉਨਾ ਚਿਰ ਜਾਰੀ ਰਹੂਗਾ ਜਿੰਨਾ ਚਿਰ ਇਹ ਜਿਹੜੀ ਬੀਜੇਪੀ ਦੀ ਗੂੰਗੀ ਬੋਲੀ ਸਰਕਾਰ ਆ, ਜਿੰਨਾ ਝੂਠੇ ਪਰਚੇ ਦੇ ਕੇ ਆਮ ਆਦਮੀ ਪਾਰਟੀ ਦੇ ਜਿਹੜੇ ਲੀਡਰ ਸਾਹਿਬਾਨ ਅੰਦਰ ਦਿੱਤੇ ਨੇ, ਜਿੰਨਾ ਚਿਰ ਉਹ ਰਿਹਾ ਨਹੀਂ ਹੁੰਦੇ, ਸੰਘਰਸ਼ ਇਸੇ ਤਰ੍ਹਾਂ ਜਾਰੀ ਰਹੂਗਾ।